ਸਾਰੇ ਸਰਦਾਰਜੋ ਸਾਥੀਆਂ ਨੂੰ ਜੈ ਭੀਮ ਜੈ ਭਾਰਤ। ਅੱਜ ਜਿੰਨੇ ਵੀ ਸਾਥੀ ਇੱਥੇ ਗਲੋਬਲ ਰਿਪਬਲਿਕ ਪਾਰਟੀ ਦੇ ਬੈਨਰ ਹੇਠ ਇਕੱਠੇ ਹੋਏ ਨੇ ਔਰ ਪੂਰਾ ਸਮਰਥਨ ਜੋ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਪੋਤਾ ਜੀ ਨੂੰ ਭੀਮ ਰਾਓ ਯਸ਼ਵੰਤ ਅੰਬੇਦਕਰ ਜੀ ਨੂੰ ਦੇ ਰਹੇ ਨੇ ਉਹ ਸਾਰੇ ਸਤਿਕਾਰਯੋਗ ਸਾਥੀਆਂ ਦਾ ਧੰਨਵਾਦ। ਔਰ ਅਸੀਂ ਆਪਣੇ ਸਮੂਹ ਸਾਥੀਆਂ ਵੱਲੋਂ ਔਰ ਆਪਣੇ ਵੱਲੋਂ ਗਲੋਬਲ ਰਿਪਬਲਿਕ ਪਾਰਟੀ ਨੂੰ ਸਮਰਥਨ ਔਰ ਦਿੰਦੇ ਹੋਏ ਪੂਰੇ ਇਲਾਕਿਆਂ ਵਿੱਚੋਂ ਪੂਰੇ ਵਿਧਾਨ ਸਭਾ ਵਿੱਚੋਂ ਜ਼ੋਰ ਸ਼ੋਰ ਨਾਲ ਵੋਟ ਪਵਾ ਕੇ ਲੋਕ ਸਭਾ ਵਿੱਚ ਭੇਜਾਂਗੇ। ਜੈ ਭੀਮ ਜੈ ਭਾਰਤ। ਜੈ ਭੀਮ ਜੈ ਭਾਰਤ। ਸਾਥੀਓ ਇਸ ਵਕਤ ਬੜੇ ਫਖਰ ਵਾਲੀ ਗੱਲ ਆ ਕਿ ਜਿਸ ਮਹਾਨ ਸ਼ਖਸੀਅਤ ਨੇ ਸਾਡੇ ਕਰੋੜਾਂ ਲੋਕਾਂ ਦਾ ਸੁਪਨਾ ਪੂਰਾ ਕੀਤਾ ਸਿਰਫ ਇੱਕ ਇਨਸਾਨ ਨੇ, ਆਪਾਂ ਕਰੋੜਾਂ ਲੋਕ ਮਿਲ ਕੇ ਵੀ ਉਸ ਇਨਸਾਨ ਦਾ ਸੁਪਨਾ ਨਹੀਂ ਪੂਰਾ ਕਰ ਸਕੇ ਜਿਹੜਾ ਰਾਜਪਾਲ ਜੀ ਦਾ ਨਾਮ। ਸੋ ਅੱਜ ਸਾਡੇ ਕੋਲ ਭੀਮ ਰਾਓ ਯਸ਼ਵੰਤ ਅੰਬੇਡਕਰ ਜੀ ਆਏ ਆ, ਉਹਨਾਂ ਨੂੰ ਆਪਾਂ ਜਿਤਾ ਕੇ ਉਹ ਜੋ ਸਾਡੇ ਉੱਤੇ ਕਰਜ਼ ਸੀ ਜੋ ਸਾਡੇ ਉੱਤੇ ਬਾਬਾ ਸਾਹਿਬ ਨੇ ਸੰਵਿਧਾਨ ਲੈ ਕੇ ਔਰ ਸਾਨੂੰ ਹੱਕ ਲੈ ਕੇ ਦਿੱਤੇ ਉਹਦਾ ਕਰਜ਼ ਸੀ, ਅੱਜ ਕੁਛ ਉਤਾਰਨ ਦਾ ਮੌਕਾ ਮਿਲਿਆ। ਸੋ ਆਓ ਆਪਾਂ ਮਿਲ ਕੇ ਇਹਨਾਂ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜੀਏ ਔਰ ਆਪਣੇ ਹੱਕਾਂ ਦੀ ਗੱਲ ਕਰੀਏ। ਜੈ ਭੀਮ ਜੈ ਭਾਰਤ।